तस्मै श्री गुरवे नमः। ਅੰਦਰ ਦਾ
ਦਾ ਮਾਰਗ ਗਿਆਨ ਪ੍ਰਗਟ ਕਰ ਦੇਗਾ। ਇਹ ਕਾਰਜ ਹੈ ਜ਼ਿੰਦਗੀ ਦੇ ਅੰਦਰ। ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜਿੰਨੀ ਵੀ ਪੜ੍ਹ ਲਓ, ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਲਿਖਿਆ ਉਹਨਾਂ ਨੇ, ਇਹੜਾ ਪਿਘਲਾ ਔਰ ਸੁਖਣਾ ਬਵਿੱਦ ਚੱਕਰ ਪੁਰਾਣਾ ਜਾਮ, ਰਵਿਦਾਸ ਹੁਣ ਸਭ ਜਾਣਿਓ ਜਬ ਪਾਇਓ ਸਨ ਨਾਮ, ਐਸੇ ਸਾਧੂ ਦੀ ਖੋਜ ਕਰਕੇ ਸਾਧ ਜਨਾਮ, ਮਿਲ ਹੋਏ ਕਿਰਪਾਲਾ ਪਰਮਾਤਮਾ ਕਿਵੇਂ ਮਿਲੇਗਾ, ਸਾਧੂ ਦੀ ਸ਼ਰਨ ਦੇ ਨਾਲ। ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਮਿਲੋ, ਉਹਨਾਂ ਨੇ ਸੰਤ ਦੀ ਸੰਗਤ, ਸੰਤ ਕਥਾ, ਸੰਤ ਪ੍ਰੇਮ, ਮਾਝੇ ਟੀਕੇ ਦੇਵਾ ਦੇਵ, ਸੰਤ ਜੋ ਆਤਮ, ਸੰਤ ਜੋ ਮਾਰਗ, ਸੰਤ ਜੋ ਅਲਗ ਅਲਗ ਨੀ, ਔਰ ਇੱਕ ਮੰਗੂ ਭਗਤ ਚਿੰਤਾ ਮਨੀ, ਜਨੀ ਲਿਖਾਓ ਸੰਤ ਪਾਪੀ ਸਨ, ਰਵਿਦਾਸ ਬਣੇ ਤੋਂ ਜਾਣੇ ਤੋਂ ਜਾਣ, ਸੰਤ ਅਨੰਤਾ ਅੰਤਰ ਨਾਈ, ਸੰਤ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਅੰਤਰ ਨਹੀਂ ਹੈ।